ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਕਿ ਤੁਸੀਂ ਕਦੀ ਸੋਚਿਆ ਹੈ ਕਿ ਅਮੀਰ ਹਮੇਸ਼ਾ ਅਮੀਰ ਕਿਉਂ ਰਹਿੰਦਾ ਹੈ ਅਤੇ ਗਰੀਬ ਹਮੇਸ਼ਾ ਗਰੀਬ ਕਿਉਂ ਰਹਿੰਦਾ ਹੈ? ਸਕਸੈਸਫੁਲ ਇਨਸਾਨ ਹਮੇਸ਼ਾ ਸਕਸੈਸ ਹੀ ਰਹਿੰਦਾ ਹੈ ਅਤੇ ਅਨਸਕਸੈਸਫੁਲ ਇਨਸਾਨ ਨੂੰ ਹਮੇਸ਼ਾ ਸਟਰਗਲ ਕਿਉਂ ਕਰਨਾ ਪੈਂਦਾ ਹੈ? ਇਸ ਦੇ ਪਿੱਛੇ ਕੀ ਰਾਜ ਹੈ? ਅੱਜ ਦੀ ਵੀਡੀਓ ਵਿੱਚ ਜੋ ਮੈਂ ਤੁਹਾਨੂੰ ਇਸਦਾ ਰੀਜ਼ਨ, ਇਸਦਾ ਕਾਰਨ ਦੱਸਾਂਗੀ ਤਾਂ ਤੁਹਾਡੀ ਨੀਂਦ ਉੱਡ ਜਾਏਗੀ ਰਾਤਾਂ ਦੀ। ਪਰ ਜੇਕਰ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਦੇਖਿਆ, ਵੀਡੀਓ ਦੀ ਇੱਕ ਇੱਕ ਸਟੈਪ ਨੂੰ ਅੱਛੀ ਤਰ੍ਹਾਂ ਸਮਝਿਆ, ਤਾਂ ਤੁਸੀਂ ਲਾਈਫ ਵਿੱਚ ਜੋ ਵੀ ਅਚੀਵ ਕਰਨਾ ਚਾਹੁੰਦੇ ਹੋ ਨਾ, ਜੋ ਵੀ ਤੁਸੀਂ ਚਾਹੁੰਦੇ ਹੋ ਕਿ ਇਹ ਮੇਰੀ ਇੱਛਾ ਪੂਰੀ ਹੋਵੇ, ਤਾਂ ਉਹ ਤੁਸੀਂ ਪਾ ਜਾਓਗੇ। ਹਰ ਇੱਕ ਅਚੀਵਮੈਂਟ ਤੁਹਾਡੀ ਜਿਹੜੀ ਹੈ ਉਹ ਪੂਰੀ ਹੋ ਜਾਏਗੀ। ਦੇਖੋ, ਜੋ ਲੋਕ ਗਰੀਬ ਹੁੰਦੇ ਹਨ ਉਹਨਾਂ ਦੇ ਘਰ ਦਾ ਜੋ ਐਟਮੋਸਫੇਅਰ ਹੁੰਦਾ ਹੈ, ਹੈ ਨਾ, ਤੇ ਉਹ ਬੱਚਾ ਬਾਰ ਬਾਰ ਦੇਖਦਾ ਹੈ ਕਿ ਅਸੀਂ ਗਰੀਬ ਹਾਂ, ਪੈਸਾ ਕਮਾਉਣਾ ਬਹੁਤ ਮੁਸ਼ਕਿਲ ਹੈ, ਮਿਹਨਤ ਕਰਨੀ ਪੈਂਦੀ ਹੈ, ਮਿਹਨਤ ਨਾਲ ਸਾਡੇ ਕੋਲ ਪੈਸਾ ਆਏਗਾ। ਇਸ ਤਰ੍ਹਾਂ ਦਾ ਉਹਦੇ ਦਿਮਾਗ ਵਿੱਚ ਇਹ ਗੱਲਾਂ ਰਜਿਸਟ੍ਰੇਸ਼ਨ ਹੋ ਜਾਂਦੀਆਂ ਹਨ, ਰਜਿਸਟਰਡ ਹੋ ਜਾਂਦੀਆਂ ਹਨ, ਹੈ ਨਾ। ਉੱਥੇ ਹੀ ਦੂਜੇ ਪਾਸੇ ਅਮੀਰ ਬੱਚਾ ਜਿਹੜਾ ਹੁੰਦਾ ਹੈ, ਉਹ ਆਪਣੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਉਹ ਸਭ ਚੀਜ਼ਾਂ ਦੇਖਦਾ ਹੈ ਕਿ ਡਾਇਨਿੰਗ ਟੇਬਲ ਤੋਂ ਲੈ ਕੇ ਸੌਣ ਤੱਕ ਉਹਨਾਂ ਦੇ ਘਰ ਵਿੱਚ ਬਿਜ਼ਨਸ ਦੀਆਂ ਗੱਲਾਂ, ਹੈ ਨਾ, ਕਿੱਥੇ ਕੀ ਸਾਨੂੰ ਪ੍ਰੋਫਿਟ ਹੋਇਆ ਹੈ, ਇਹ ਸਭ ਹੋਇਆ, ਇਹ ਸਭ ਚੀਜ਼ਾਂ ਉਸਦੇ ਦਿਮਾਗ ਵਿੱਚ ਰਜਿਸਟਰਡ ਹੋ ਜਾਂਦੀਆਂ ਹਨ। ਤੇ ਸਾਰੀ ਗੇਮ ਜਿਹੜੀ ਹੈ, ਸਾਰੀ ਖੇਲ ਜਿਹੜੀ ਹੈ ਸਾਡੇ ਦਿਮਾਗ ਦੀ ਹੈ, ਸਬ ਕੌਨਸ਼ੀਅਸ ਮਾਇੰਡ। ਹਾਂਜੀ, ਇੱਥੇ ਇਹ ਗੱਲ ਮੈਂ ਤੁਹਾਨੂੰ ਸਮਝਾਉਣਾ ਚਾਹਾਂਗੀ ਕਿ ਜੇਕਰ ਅਸੀਂ ਚਾਹੀਏ ਤਾਂ ਜ਼ਰੂਰੀ ਨਹੀਂ ਹੈ ਕਿ ਜੇਕਰ ਅਸੀਂ ਗਰੀਬ ਪਰਿਵਾਰ 'ਚ ਪੈਦਾ ਹੋਏ ਹਾਂ ਤੇ ਅਸੀਂ ਗਰੀਬ ਰਹੀਏ, ਕਿਉਂਕਿ ਕਈ ਲੋਕ ਐਸੇ ਹਨ ਕਿ ਇੱਕ ਚੌਲ ਵਿੱਚ, ਜੋ ਝੋਪੜੀ ਹੁੰਦੀ ਹੈ ਉਹਦੇ ਵਿੱਚ ਉਹਨਾਂ ਦਾ ਜੀਵਨ ਬੀਤਿਆ ਹੈ, ਪਰ ਵੱਡੇ ਹੋਣ ਤੋਂ ਬਾਅਦ ਉਹਨਾਂ ਨੇ ਆਪਣੀ ਲਾਈਫ ਵਿੱਚ ਬਹੁਤ ਕੁਝ ਕਮਾਇਆ ਹੈ। ਉਹ ਕਿਸ ਤਰ੍ਹਾਂ ਕਮਾਇਆ ਹੈ, ਅੱਜ ਦੀ ਵੀਡੀਓ ਵਿੱਚ ਉਹ ਮੈਂ ਤੁਹਾਨੂੰ ਦੱਸਾਂਗੀ, ਤੇ ਤੁਸੀਂ ਵੀ ਉਹ ਕਰ ਸਕਦੇ ਹੋ ਜੇਕਰ ਤੁਹਾਡੇ ਵਿੱਚ ਵੀ ਉਹ ਜਨੂੰਨ ਹੋਏਗਾ। ਹਾਂਜੀ, ਉਹ ਕਿਵੇਂ ਕਰ ਸਕਦੇ ਹੋ? ਸਭ ਤੋਂ ਵੱਡਾ ਸੋਲਿਊਸ਼ਨ ਹੈ ਇਹਦਾ ਰੈਪੀਟੇਸ਼ਨ। ਰੈਪੀਟੇਸ਼ਨ, ਹਰ ਇੱਕ ਗੱਲ ਨੂੰ ਆਪਾਂ ਰਿਪੀਟ ਕਰਨਾ, ਲੇਕਿਨ ਕਿਸ ਗੱਲ ਨੂੰ ਰਿਪੀਟ ਕਰਨਾ? ਕਿਸ ਗੱਲ ਨੂੰ? ਕਿ ਮੈਂ ਖੁਸ਼ ਹਾਂ, ਮੈਂ ਬਹੁਤ ਜ਼ਿਆਦਾ ਅਮੀਰ ਹਾਂ। ਤੁਸੀਂ ਕਈ ਵਾਰੀ ਦੇਖਿਆ ਹੋਏਗਾ, ਕਈਆਂ ਦਾ ਬਿਜ਼ਨਸ ਚੱਲ ਰਿਹਾ ਹੁੰਦਾ ਹੈ, ਹੈ ਨਾ, ਤੇ ਉਹਨਾਂ ਨੂੰ ਕੀ ਆਦਤ ਹੁੰਦੀ ਹੈ, ਕੋਈ ਫੋਨ ਤੇ ਪੁੱਛੇਗਾ ਜਾਂ ਸਾਹਮਣੇ ਵੀ ਫੇਸ ਟੂ ਫੇਸ ਪੁੱਛੇਗਾ, ਹੋਰ ਕੀ ਬਈ ਤੇਰਾ ਕਿਵੇਂ ਚੱਲ ਰਿਹਾ ਕੰਮ ਧੰਦਾ ਪਾਣੀ, ਤੋ ਉਸ ਨੂੰ ਰੋਣ ਦੀ ਆਦਤ ਹੁੰਦੀ ਹੈ। ਅਰੇ ਯਾਰ, ਕੁਛ ਨਹੀਂ ਚੱਲ ਰਿਹਾ, ਸਭ ਧੰਦਾ ਨੀਚੇ ਚਲਾ ਗਿਆ ਹੈ। ਅੱਛਾ ਵੀ ਚੱਲ ਰਿਹਾ ਹੋਏਗਾ ਤਾਂ ਉਸਨੂੰ ਬੁਰਾ ਹੀ ਕਹਿਣਗੇ। ਇਹੋ ਜਿਹਾ ਬੰਦਿਆਂ ਦਾ ਧੰਦਾ ਤਾਂ ਨੀਚੇ ਚਲਾ ਹੀ ਜਾਂਦਾ ਹੈ, ਬਿਜ਼ਨਸ ਨੀਚੇ ਚਲਾ ਜਾਂਦਾ ਹੈ। ਪਰ ਜਿਨ੍ਹਾਂ ਦਾ ਨਹੀਂ ਵੀ ਅੱਛਾ ਚੱਲ ਰਿਹਾ, ਉਹਨਾਂ ਨੂੰ ਵੀ ਅੱਛਾ ਬੋਲਣਾ ਚਾਹੀਦਾ ਹੈ। ਰੈਪੀਟੇਸ਼ਨ ਕਰਨੀ ਹੈ ਅੱਛੀਆਂ ਚੀਜ਼ਾਂ ਦੀ। ਇਸ ਗੱਲ ਨੂੰ ਤੁਸੀਂ, ਮੈਂ ਕਹਿ ਰਹੀ ਹਾਂ, ਬਿਲੀਵ ਕਰੋ, ਵਿਸ਼ਵਾਸ ਕਰੋ। ਜਿਸ ਤਰ੍ਹਾਂ ਅਮੀਰ ਬੱਚਿਆਂ ਦੇ ਘਰ, ਅਮੀਰ ਘਰ ਦੇ ਬੱਚਿਆਂ ਨੂੰ ਇਹ ਉਹਨਾਂ ਦੇ ਦਿਮਾਗ ਵਿੱਚ ਜੋ ਰਜਿਸਟਰ ਹੋ ਜਾਂਦਾ ਕਿ ਅਸੀਂ ਅਮੀਰ ਹਾਂ, ਅਸੀਂ ਇਹ ਕਰ ਸਕਦੇ ਹਾਂ, ਅਸੀਂ ਅਮੀਰ ਹਾਂ, ਅਸੀਂ ਅਮੀਰ ਹਾਂ, ਤਾਂ ਉਹ ਅਮੀਰ ਹੀ ਰਹਿੰਦੇ ਹਨ। ਪਰ ਗਰੀਬ ਬੱਚਾ ਕੀ ਸੋਚਦਾ? ਅਸੀਂ ਤਾਂ ਬਹੁਤ ਗਰੀਬ ਹਾਂ, ਅਸੀਂ ਦੂਸਰਿਆਂ ਦੀ ਬਰਾਬਰੀ ਕਿਵੇਂ ਕਰ ਸਕਦੇ ਹਾਂ, ਹੈ ਨਾ, ਅਸੀਂ ਤਾਂ ਬਹੁਤ ਮਿਹਨਤ ਕਰਕੇ ਇੰਨਾ ਹੀ ਕਮਾ ਲਈਏ, ਰੋਟੀ ਬਸ ਕਮਾ ਲਈਏ, ਆਪਣੇ ਦੋ ਟਾਈਮ ਦੀ ਰੋਟੀ ਹੀ ਸਾਡੀ ਕਮਾ ਲਈ ਆਪਣੇ ਪੇਟ ਵਾਸਤੇ, ਤਾਂ ਉਹੀ ਬਹੁਤ ਹੈ। ਤੇ
ਇਹੀ ਗੱਲ ਹੈ ਕਿ ਉਹ ਬੰਦਾ ਅੱਗੇ ਨਹੀਂ ਵੱਧ ਸਕਦਾ। ਤੁਹਾਨੂੰ ਸ਼ਾਇਦ ਕਈ ਬੰਦਿਆਂ ਨੂੰ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਹੋਏਗਾ, ਪਰ ਜੋ ਲੋਕ ਵਿਸ਼ਵਾਸ ਕਰ ਲੈਣਗੇ ਉਹ ਅੱਗੇ ਵੱਧ ਜਾਣਗੇ। ਔਰ ਯਾਦ ਕਰੋਗੇ ਕਿ ਇਹ ਵੀਡੀਓ ਦੇਖ ਕੇ ਸਾਡਾ ਜੀਵਨ ਬਦਲ ਗਿਆ ਸੀ। ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਤੁਸੀਂ ਅੱਜ ਤੋਂ ਹੀ ਬੋਲਣਾ ਸ਼ੁਰੂ ਕਰ ਦਿਓ ਕਿ ਮੈਂ ਅਮੀਰ ਹਾਂ, ਮੈਂ ਅਮੀਰ ਹਾਂ, ਮੈਂ ਅਮੀਰ ਹਾਂ, ਆਈ ਐਮ ਰਿਚ, ਆਈ ਐਮ ਰਿਚ, ਆਈ ਐਮ ਏ ਰਿਚ ਪਰਸਨ। ਮੈਂ ਤੁਹਾਨੂੰ ਦੱਸ ਰਹੀ ਹਾਂ, ਜਦੋਂ ਤੱਕ ਤੁਸੀਂ ਅਮੀਰ ਨਹੀਂ ਹੋ ਜਾਂਦੇ ਤਦ ਤੱਕ ਤੁਸੀਂ ਬੋਲਦੇ ਜਾਓ। ਸ਼ੁਰੂਆਤ ਵਿੱਚ ਤੁਹਾਨੂੰ ਲੱਗੇਗਾ ਕਿ ਇਹ ਕੀ ਹੋ ਰਿਹਾ ਹੈ, ਇਹਦੇ ਵਿੱਚ ਕੋਈ ਫਾਇਦਾ ਨਹੀਂ ਹੋ ਰਿਹਾ, ਪਰ ਐਂਡ ਵਿੱਚ ਤੁਸੀਂ ਸਬਰ ਰੱਖਣਾ ਹੈ, ਤੁਹਾਨੂੰ ਫਾਇਦਾ ਹੋਏਗਾ। ਮੈਂ ਤੁਹਾਨੂੰ ਇਹ ਵੀਡੀਓ ਦੇ ਆਖੀਰ ਵਿੱਚ ਉਹ ਕਰਵਾਉਣ ਵਾਲੀ ਹਾਂ ਜੋ ਕਿ ਮੈਂ ਹਰ ਵਾਰੀ ਮੰਤਰ ਕਰਵਾਉਂਦੀ ਹਾਂ, ਮੈਂ ਤੁਹਾਨੂੰ ਕਰਾਵਾਂਗੀ ਉਹ ਮੰਤਰ, ਜੋ ਤੁਸੀਂ ਮੇਰੀ ਵੀਡੀਓ ਦੇਖਣ ਤੋਂ ਬਾਅਦ ਇਹ ਵੀਡੀਓ ਨੂੰ ਬਾਰ ਬਾਰ ਸੁਣੋ। ਤੁਸੀਂ ਤੁਹਾਨੂੰ ਬੋਲਣਾ ਔਖਾ ਲੱਗ ਰਿਹਾ, ਜਦੋਂ ਤੁਸੀਂ ਸੋ ਰਹੇ ਹੋ, ਤੁਸੀਂ ਸਵੇਰੇ ਉੱਠੇ ਹੋ, ਤੁਸੀਂ ਬੱਸ ਵਿੱਚ ਜਾ ਰਹੇ ਹੋ, ਤੁਸੀਂ ਕਾਰ ਵਿੱਚ ਜਾ ਰਹੇ ਹੋ, ਇਹ ਮੇਰੀ ਵੀਡੀਓ ਸੁਣਦੇ ਜਾਣਾ, ਜੋ ਕਿ ਲਾਸਟ ਦੇ ਮੈਂ 3-4 ਮਿੰਟ ਤੁਹਾਨੂੰ ਉਹ ਮੰਤਰ ਦੁਹਰਾਵਾਂਗੀ। ਉਹ ਤੁਸੀਂ ਪੂਰਾ ਦਿਨ ਬੋਲਦੇ ਰਹਿਣਾ ਹੈ। ਜੇਕਰ ਤੁਸੀਂ ਬਿਮਾਰ ਹੋ, ਤੁਸੀਂ ਬੋਲਣਾ ਸ਼ੁਰੂ ਕਰ ਦਿਓ, ਮੈਂ ਬਿਲਕੁਲ ਚੁਸਤ ਤੰਦਰੁਸਤ ਹਾਂ, ਮੈਨੂੰ ਕੋਈ ਬਿਮਾਰੀ ਨਹੀਂ ਹੈ। ਮੈਂ ਦੱਸ ਰਹੀ ਹਾਂ, ਮੈਂ ਆਪਣਾ ਅਜਮਾਇਆ ਹੋਇਆ ਹੈ। ਮੇਰਾ ਸ਼ੂਗਰ ਲੈਵਲ ਇੰਨਾ ਵੱਧ ਗਿਆ ਸੀ ਕਿ ਮੈਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਮੈਂ ਦਵਾਈਆਂ ਵੀ ਖਾ ਰਹੀ ਹਾਂ, ਮਿੱਠਾ ਵੀ ਨਹੀਂ ਖਾ ਰਹੀ, ਫਿਰ ਵੀ ਮੇਰਾ ਸ਼ੂਗਰ ਲੈਵਲ ਕਿਉਂ ਵੱਧ ਰਿਹਾ ਹੈ। ਪਰ ਮੈਂ ਅੱਜ ਤੋਂ ਬੋਲਣਾ ਸ਼ੁਰੂ ਕਰਤਾ, ਮੇਰਾ ਸ਼ੂਗਰ ਲੈਵਲ ਕੰਟਰੋਲ 'ਚ ਹੋ ਗਿਆ ਹੈ, ਮੇਰੀ ਸ਼ੂਗਰ ਕੰਟਰੋਲ ਹੋ ਗਈ ਹੈ, ਮੇਰੀ ਸ਼ੂਗਰ ਕੰਟਰੋਲ ਹੋ ਗਈ ਹੈ। ਤੁਸੀਂ ਮੰਨੋਗੇ ਨਹੀਂ, 3 ਦਿਨਾਂ ਬਾਅਦ ਮੈਂ ਆਪਣਾ ਸ਼ੂਗਰ ਲੈਵਲ ਚੈੱਕ ਕੀਤਾ ਮਸ਼ੀਨ ਲਗਾ ਕੇ, ਮੇਰਾ ਸ਼ੂਗਰ ਲੈਵਲ ਬਿਲਕੁਲ ਕੰਟਰੋਲ ਸੀ, ਮੇਰੀ ਸ਼ੂਗਰ ਇੱਕਦਮ ਕੰਟਰੋਲ 'ਚ ਆ ਗਈ ਸੀ। ਇਸ ਕਰਕੇ ਮੈਂ ਤੁਹਾਨੂੰ ਕਹਿੰਦੀ ਹਾਂ, ਜੇਕਰ ਬਿਮਾਰ ਹੋ ਤਾਂ ਅੱਜ ਤੋਂ ਬੋਲਣਾ ਸ਼ੁਰੂ ਕਰ ਦਿਓ, ਮੈਨੂੰ ਕੋਈ ਬਿਮਾਰੀ ਨਹੀਂ ਹੈ, ਮੈਂ ਬਿਲਕੁਲ ਤੰਦਰੁਸਤ ਹਾਂ, ਠੀਕ ਹੈ। ਅਮੀਰ ਹੋਣਾ ਚਾਹੁੰਦੇ ਹੋ, ਮੈਂ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹਾਂ, ਆਈ ਐਮ ਰਿਚ, ਆਈ ਐਮ ਰਿਚ ਪਰਸਨ, ਆਈ ਐਮ ਰਿਚ ਪਰਸਨ, ਠੀਕ ਹੈ। ਖੁਸ਼ ਹੋਣਾ ਚਾਹੁੰਦੇ ਹੋ, ਆਈ ਐਮ ਹੈਪੀ, ਆਈ ਐਮ ਹੈਪੀ। ਬੇਸ਼ੱਕ ਤੁਹਾਡੇ ਜੀਵਨ ਵਿੱਚ ਗਮ ਹੈ, ਦੁਖੀ ਹੋ, ਪਰ ਫਿਰ ਵੀ ਤੁਸੀਂ ਬੋਲੋ ਆਈ ਐਮ ਹੈਪੀ, ਆਈ ਐਮ ਹੈਪੀ। ਬਹੁਤ 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 ਜ਼ਿਆਦਾ ਫਰਕ ਪਏਗਾ, ਜੋ ਵੀ ਤੁਸੀਂ ਚਾਹੁੰਦੇ ਹੋ। ਜੇਕਰ ਕੋਈ ਚਾਹੁੰਦਾ ਹੈ, ਮੈਂ ਸ਼ਰਾਬ, ਕਈ ਲੋਕ ਮੈਨੂੰ ਕਮੈਂਟ ਕੀਤੇ ਨੇ ਕਿ ਸ਼ਰਾਬ ਛੋੜਨਾ ਤਾਂ ਚਾਹੁੰਦੇ ਹਾਂ ਪਰ ਨਹੀਂ ਛੁੱਟ ਰਹੀ ਹੈ, ਠੀਕ ਹੈ। ਤਾਂ ਉਹ ਬੰਦਿਆਂ ਵਾਸਤੇ ਤਾਂ ਇਹ ਟੈਕਨੀਕ ਬਹੁਤ ਹੀ ਕੰਮ ਕਰੇਗੀ। ਮੇਰੀ ਸ਼ਰਾਬ ਛੁੱਟ ਗਈ ਹੈ, ਮੈਂ ਹੁਣ ਕੋਈ ਨਸ਼ਾ ਨਹੀਂ ਕਰਦਾ ਵਾ, ਇਹ ਵੀ ਤੁਸੀਂ ਬੋਲ ਸਕਦੇ ਹੋ। ਜੋ ਤੁਸੀਂ ਚਾਹੁੰਦੇ ਹੋ ਉਹ ਤੁਸੀਂ ਬੋਲ ਸਕਦੇ ਹੋ। ਅਤੇ ਚਲੋ ਜੀ, ਜੇਕਰ ਮੇਰੀ ਵੀਡੀਓ, ਮੈਂ ਤੁਹਾਨੂੰ ਕਿਹਾ ਸੀ ਜੋ ਐਂਡ ਤੱਕ ਮੇਰੀ ਵੀਡੀਓ ਦੇਖੇਗਾ, ਜਿਸ ਨੂੰ ਮੇਰੀ ਵੀਡੀਓ ਸਮਝ ਆ ਜਾਏਗੀ, ਉਹ ਉਹਨਾਂ ਦੀ ਲਾਈਫ ਨੈਕਸਟ ਲੈਵਲ ਤੱਕ ਪਹੁੰਚ ਜਾਏਗੀ, ਕੁਛ ਹੀ ਦਿਨਾਂ ਵਿੱਚ, ਹੋ ਸਕਦਾ ਹੈ ਕਈਆਂ ਦੀ ਮਹੀਨਿਆਂ ਵਿੱਚ। ਹਾਂਜੀ, ਜ਼ਰੂਰ ਜ਼ਰੂਰ ਫਰਕ ਪਏਗਾ। ਅਤੇ ਚਲੋ ਜੀ, ਹੁਣ ਆਪਾਂ ਬੋਲਣਾ ਸ਼ੁਰੂ ਕਰਦੇ ਹਾਂ ਅਤੇ ਆਪਣੀ ਲਾਈਫ ਨੂੰ ਬਣਾਵਾਂਗੇ ਅਸੀਂ ਹੈਪੀ, ਅਤੇ ਅਸੀਂ ਬਣ ਜਾਵਾਂਗੇ ਰਿਚ। ਅਸੀਂ ਵੀ ਦਿਖਾ ਸਕਦੇ ਹਾਂ ਕਿ ਅਸੀਂ ਵੀ ਅਮੀਰ ਬਣ ਸਕਦੇ ਹਾਂ। ਜ਼ਰੂਰੀ ਨਹੀਂ ਹੈ ਕਿ ਅਸੀਂ ਗਰੀਬ ਘਰ ਵਿੱਚ ਪੈਦਾ ਹੋਏ ਹਾਂ ਤਾਂ ਹਮੇਸ਼ਾ ਗਰੀਬ ਰਵਾਂਗੇ। ਤੁਸੀਂ ਬਾਰ ਬਾਰ ਬੋਲੋ, ਆਖਿਰਕਾਰ ਜੋ ਅਸੀਂ, ਜਿਵੇਂ ਕਿ ਤੁਹਾਨੂੰ ਮੈਂ ਇੱਕ ਇੰਗਲਿਸ਼ ਦੀ ਇਹ ਲਾਈਨ ਦੱਸਦੀ ਹਾਂ ਜੋ ਕਿ ਇਸ ਦੇ ਨਾਲ ਬਹੁਤ ਜ਼ਿਆਦਾ ਕਨੈਕਟਿਡ ਹੈ, ਫੇਕ ਇਟ ਟਿਲ ਯੂ ਮੇਕ ਇਟ। ਤਦ ਤੱਕ ਬੋਲਦੇ ਜਾਓ, ਆਪਾਂ ਫੇਕ ਹੀ ਬੋਲ ਰਹੇ ਹਾਂ ਨਾ। ਹੁਣ ਸਾਡੇ ਕੋਲ ਹਾਲੇ ਖੁਸ਼ੀਆਂ ਨਹੀਂ ਹੈ, ਅਸੀਂ ਅਮੀਰ ਨਹੀਂ ਹਾਂ, ਪਰ ਅਸੀਂ ਬੋਲ ਰਹੇ ਹਾਂ। ਤਦ ਤੱਕ ਬੋਲਦੇ ਜਾਓ ਟਿਲ ਯੂ ਮੇਕ ਇਟ, ਜਦ ਤੱਕ ਤੁਸੀਂ ਬਣ ਨਹੀਂ ਜਾਂਦੇ। ਅਤੇ ਚਲੋ ਜੀ, ਹੁਣ ਸਭ ਨੂੰ ਵਿਸ਼ਵਾਸ ਆ ਗਿਆ, ਅਤੇ ਜ਼ਰੂਰ ਅੱਖਾਂ ਬੰਦ ਕਰਕੇ
ਆਪਾਂ ਸ਼ੁਰੂ ਕਰਦੇ ਹਾਂ ਬੋਲਣਾ ਤੇ ਹਮੇਸ਼ਾ ਬੋਲੋ ਜੋ ਮੈਂ ਅੱਜ ਬੋਲ ਰਹੀ ਹਾਂ ਮੇਰੇ ਨਾਲ ਬੋਲੋ ਜਾਂ ਅੱਖਾਂ ਬੰਦ ਕਰਕੇ ਬੋਲੋ ਤੇ ਚਲੋ ਜੀ ਸ਼ੁਰੂ ਕਰਦੇ ਹਾਂ ਮੈਂ ਬਹੁਤ ਖੁਸ਼ ਹਾਂ ਮੈਂ ਬਹੁਤ ਖੁਸ਼ ਹਾਂ ਮੈਂ ਬਹੁਤ ਖੁਸ਼ ਹਾਂ ਮੈਂ ਬਹੁਤ ਖੁਸ਼ ਹਾਂ ਮੈਂ ਅਮੀਰ ਆਦਮੀ ਹਾਂ ਮੈਂ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹਾਂ ਮੇਰੇ ਕੋਲ ਬਹੁਤ ਪੈਸਾ ਹੈ ਮੇਰੇ ਕੋਲ ਬਹੁਤ ਪੈਸਾ ਹੈ ਮੇਰੇ ਕੋਲ ਬਹੁਤ ਪੈਸਾ ਹੈ ਮੈਂ ਇੱਕਦਮ ਤੰਦਰੁਸਤ ਹਾਂ ਮੈਨੂੰ ਕੋਈ ਬਿਮਾਰੀ ਨਹੀਂ ਹੈ ਮੈਨੂੰ ਕੋਈ ਬਿਮਾਰੀ ਨਹੀਂ ਹੈ ਮੇਰੇ ਸਾਰੇ ਕੰਮ ਵਧੀਆ ਵਧੀਆ ਹੋ ਰਹੇ ਹਨ ਮੇਰੇ ਸਾਰੇ ਕੰਮ ਵਧੀਆ ਵਧੀਆ ਹੋ ਰਹੇ ਹਨ ਮੈਂ ਬਹੁਤ ਖੁਸ਼ ਹਾਂ ਮੈਂ ਬਹੁਤ ਖੁਸ਼ ਹਾਂ ਮੈਂ ਬਹੁਤ ਖੁਸ਼ ਹਾਂ।